ਕੀ ਤੁਸੀਂ ਜਾਣਦੇ ਹੋ ਭਾਰਤ ਸਰਕਾਰ ਆਪਣੇ ਸਾਲਾਨਾ ਬਜਟ ਦੇ ਵਿੱਚ 6.818 ਕਰੋੜ ਰੁਪਏ ਭਾਰਤ ਦੇ ਸਾਰੇ ਕੈਦੀਆਂ ਦੇ ਲਈ ਰੱਖਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਫਿਲਮਾਂ ਦੇ ਵਿੱਚ ਜਿਹੜੇ ਕੈਦੀਆਂ ਦੇ ਹਾਲਾਤ ਦਿਖਾਏ ਜਾਂਦੇ ਨੇ ਉਹ ਬਿਲਕੁਲ ਗਲਤ ਨੇ। ਇੰਨੇ ਸਾਰੇ ਪੈਸੇ ਦੇ ਨਾਲ ਤਾਂ ਕੈਦੀਆਂ ਨੂੰ ਬਹੁਤ ਵਧੀਆ ਸਹੂਲਤਾਂ ਮਿਲਦੀਆਂ ਹੋਣਗੀਆਂ, ਅਸਲ ਦੇ ਵਿੱਚ ਇਹ ਸੱਚ ਨਹੀਂ ਹੈ ਕਿਉਂਕਿ ਜੇਲ੍ਹ ਦੇ ਵਿੱਚ ਕੈਦੀਆਂ ਦੇ ਨਾਲ ਬਹੁਤ ਬੁਰਾ ਵਤੀਰਾ ਹੁੰਦਾ ਹੈ। ਪਿੱਛੇ ਜੇ ਵੀ ਇੱਕ ਖਬਰ ਚੱਲੀ ਸੀ ਜਿਸ ਦੇ ਵਿੱਚ ਇੱਕ ਕੈਦੀ ਨੇ ਖੁਲਾਸਾ ਕੀਤਾ ਸੀ, ਮੇਰੇ ਕੋ ਨੰਗਾ ਕਰਕੇ ਪੇੜ ਸੇ ਲਟਕਾ ਕੇ ਉਲਟਾ ਪੀਟਾ, ਜਦਕਿ ਇਹੀ ਜੇਲ੍ਹਾਂ ਦੇ ਵਿੱਚ VIP ਕੈਦੀਆਂ ਨੂੰ ਸ਼ਾਪਿੰਗ ਤੱਕ ਕਰਨ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਨਾਂ VIP ਦਾ ਖਰਚਾ ਵੀ ਸਰਕਾਰ ਦੇ ਸਾਲਾਨਾ ਬਜਟ ਦੇ ਵਿੱਚੋਂ ਹੀ ਜਾਂਦਾ ਹੈ। ਇਹ ਸਭ ਜਾਣਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਇੰਡੀਆ ਦੀਆਂ ਜੇਲ੍ਹਾਂ ਦੇ ਵਿੱਚ ਇੱਕ ਰਿਪੋਰਟ ਦੇ ਅਨੁਸਾਰ 70,837 ਔਰਤਾਂ ਬੰਦ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਲ੍ਹ ਦੇ ਵਿੱਚ ਔਰਤਾਂ ਦੇ ਨਾਲ ਕੁਝ ਅਲੱਗ ਤਰ੍ਹਾਂ ਦਾ ਵਤੀਰਾ ਵਰਤਿਆ ਜਾਂਦਾ ਹੋਵੇਗਾ ਤੇ ਉਹਨਾਂ ਨੂੰ ਕੁਝ ਅਲੱਗ ਤਰ੍ਹਾਂ ਦੀਆਂ ਸਹੂਲਤਾਂ ਵੀ ਜ਼ਰੂਰ ਦਿੱਤੀਆਂ ਜਾਂਦੀਆਂ ਹੋਣਗੀਆਂ। ਤੁਹਾਡੇ ਅਜਿਹੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਦੇ ਵਿੱਚ ਹੈ। ਸੋ ਜੁੜੇ ਰਹੋ, ਮੇਰਾ ਨਾਮ ਮੈਂ ਤੁਹਾਡਾ ਹੋਸਟ ਜਸਪੀ ਸਿੰਘ, ਤੁਸੀਂ ਦੇਖ ਰਹੇ ਹੋ ਜੋਟੀ। ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਜ਼ਿੰਦਗੀ ਦੇ ਬਾਰੇ ਜਾਣਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਲ੍ਹਾਂ ਦਾ ਪ੍ਰਬੰਧ ਸਾਰਾ ਰਾਜ ਸਰਕਾਰ ਤੇ ਉੱਥੋਂ ਦਾ ਸਾਰਾ ਸਰਕਾਰੀ ਢਾਂਚਾ ਕਰਦਾ ਹੈ। ਇੱਥੋਂ ਤੱਕ ਕਿ ਰਾਜ ਸਰਕਾਰ ਜੇਲ੍ਹਾਂ ਦਾ ਮੈਨਿਊ ਤੱਕ ਵੀ ਸੈੱਟ ਕਰਦੀ ਹੈ। ਰਾਜ ਸਰਕਾਰ ਕੋਲ ਇਹ ਵੀ ਅਧਿਕਾਰ ਹੁੰਦੇ ਨੇ ਕਿ ਉਹ ਜਦੋਂ ਚਾਹੇ ਜੇਲ੍ਹ ਦੇ ਨਿਯਮ ਜਾਂ ਕਹੀਏ ਜੇਲ੍ਹ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਬਦਲ ਸਕਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਰਾਜ ਸਰਕਾਰ ਦੀ ਮਦਦ ਕਰਦੀ ਹੈ ਕੇਂਦਰ ਸਰਕਾਰ, ਜਿਹੜੀ ਕਿ ਜੇਲ੍ਹ ਦੀ ਰਿਪੇਅਰਿੰਗ, ਜੇਲ੍ਹ ਦੀ ਸੁਰੱਖਿਆ, ਸਿਹਤ ਸਹੂਲਤਾਂ ਤੇ ਔਰਤਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਦੀ ਹੈ। ਇਸ ਦੇ ਲਈ ਹਰ ਸਰਕਾਰ ਨੂੰ ਅਦਾਲਤ ਦੇ ਬਣੇ ਹੋਏ 3 ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਇਸ ਦੇ ਵਿੱਚ ਪਹਿਲਾ ਰੂਲ ਇਹ ਹੈ ਕਿ ਜੇਲ੍ਹ ਦੇ ਵਿੱਚ ਰਹਿਣ ਵਾਲਾ ਵਿਅਕਤੀ ਇਨਸਾਨ ਰਹੇ ਤੇ ਉਹ ਜੇਲ੍ਹ ਦੇ ਵਿੱਚ ਰਹਿੰਦਾ ਹੋਇਆ ਆਪਣੀ ਇਨਸਾਨੀਅਤ ਨਾ ਭੁੱਲੇ। ਦੂਜਾ, ਜੇਲ੍ਹ ਦੇ ਵਿੱਚ ਬੰਦ ਹੋਏ ਕੈਦੀ ਨੂੰ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰ ਮਿਲਣ, ਤੇ ਤੀਜਾ ਇਹ ਹੈ ਕਿ ਜਿਸ ਕੈਦੀ ਨੂੰ ਸਜ਼ਾ ਮਿਲਣ ਵਾਲੀ ਹੈ ਜਾਂ ਸਜ਼ਾ ਮਿਲ ਚੁੱਕੀ ਹੈ ਉਸ ਨੂੰ ਅਲੱਗ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਦੇ ਵਿੱਚ ਕਿਸ ਤਰ੍ਹਾਂ ਦੀਆਂ ਜੇਲ੍ਹਾਂ ਹੁੰਦੀਆਂ ਨੇ ਤੇ ਉਸ ਦੇ ਵਿੱਚ ਕੈਦੀਆਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਆਉਂਦੀ ਹੈ ਕੇਂਦਰੀ ਜੇਲ੍ਹ। ਇਸ ਦੇ ਵਿੱਚ ਉਹ ਕੈਦੀਆਂ ਨੂੰ ਭੇਜਿਆ ਜਾਂਦਾ ਹੈ ਜਿਨ੍ਹਾਂ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਮਿਲੀ ਹੋਵੇ। ਇਹ ਉਹ ਜੇਲ੍ਹ ਹੁੰਦੀ ਹੈ ਜਿੱਥੇ ਕੈਦੀਆਂ ਨੂੰ ਸੁਧਾਰਨ ਦੇ ਲਈ ਰਿਹੈਬਿਲੀਟੇਸ਼ਨ ਫੈਸਿਲਿਟੀ ਵੀ ਦਿੱਤੀ ਜਾਂਦੀ ਹੈ। ਇਹ ਸਾਰੀਆਂ ਕਿਤਾਬੀ ਗੱਲਾਂ ਨੇ ਪਰ ਅਸਲ ਦੇ ਵਿੱਚ ਅਜਿਹੀਆਂ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਜ਼ਿੰਦਗੀ ਨਰਕ ਤੋਂ ਵੀ ਬੁਰੀ ਹੁੰਦੀ ਹੈ। ਤੋਂ ਬਿਨਾਂ ਕੇਂਦਰੀ ਜੇਲ੍ਹਾਂ ਦੇ ਵਿੱਚ ਸਾਫ ਸਫਾਈ ਦਾ ਵੀ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ। ਇਸ ਦਾ ਸਭ ਤੋਂ ਵੱਡਾ ਕਾਰਨ ਜੇਲ੍ਹ ਪ੍ਰਸ਼ਾਸਨ ਆਪ ਹੁੰਦਾ ਹੈ। ਅਸਲ ਦੇ ਵਿੱਚ ਮਾਡਰਨ ਜੇਲ੍ਹ ਦੇ ਮੈਨੂਅਲ ਦੇ ਵਿੱਚ ਇਹ ਚੀਜ਼ ਸਾਫ-ਸਾਫ ਲਿਖੀ ਹੋਈ ਹੈ ਕਿ ਹਰ 10 ਕੈਦੀਆਂ ਦੇ ਪਿੱਛੇ ਇੱਕ ਟਾਇਲਟ ਹੋਣਾ ਚਾਹੀਦਾ ਹੈ। ਪਰ ਅਸਲ ਜ਼ਿੰਦਗੀ ਦੇ ਵਿੱਚ ਜੇਲ੍ਹਾਂ ਦੇ ਵਿੱਚ 70 ਤੋਂ 80 ਕੈਦੀ ਸਿਰਫ ਇੱਕ ਟਾਇਲਟ ਨੂੰ ਵਰਤਦੇ ਹਨ। ਇਹ ਗੰਦਗੀ ਅਤੇ ਕੈਦੀਆਂ ਨੂੰ ਬਿਮਾਰੀ ਲੱਗਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ। NCRB ਦੀ ਇੱਕ ਰਿਪੋਰਟ ਦੇ ਅਨੁਸਾਰ 4.3 ਲੱਖ ਕੈਦੀਆਂ ਦੀ ਸਮਰੱਥਾ ਵਾਲੀ ਜੇਲ੍ਹ ਦੇ ਵਿੱਚ 4.78 ਲੱਖ ਕੈਦੀਆਂ ਨੂੰ ਰੱਖਿਆ ਗਿਆ ਹੈ। ਭਾਵ ਕਿ ਇਸ ਜੇਲ੍ਹ ਦੇ ਵਿੱਚ ਜਿੰਨੇ ਕੈਦੀ ਰੱਖੇ ਜਾ ਸਕਦੇ ਨੇ ਉਸ ਤੋਂ ਵੱਧ 75,000 ਕੈਦੀ ਇੱਥੇ ਹੋਰ ਰਹਿ ਰਹੇ ਹਨ। ਇਸ ਭੀੜ ਦੇ ਕਾਰਨ ਹੀ ਇਹਨਾਂ ਜੇਲ੍ਹਾਂ ਦੇ ਵਿੱਚ ਕੈਦ ਕੱਟ ਰਹੇ ਕੈਦੀਆਂ ਨੂੰ ਸ਼ਿਫਟਾਂ ਦੇ ਵਿੱਚ ਸੌਣਾ ਪੈਂਦਾ ਹੈ। ਹਾਲਾਤ ਇੱਥੋਂ ਤੱਕ ਮਾੜੇ ਹਨ ਕਿ ਜਦੋਂ ਕੁਝ ਕੈਦੀ ਅਦਾਲਤ ਦੇ ਵਿੱਚ ਆਪਣੀ ਪੇਸ਼ੀ ਦੇ ਲਈ ਜਾਂਦੇ ਹਨ ਤਾਂ ਬਾਕੀ ਦੇ ਕੈਦੀ ਉਹਨਾਂ ਦੀ ਜਗ੍ਹਾ ਤੇ ਜਾ ਕੇ ਆਪਣੀ ਰਾਤ ਦੀ ਨੀਂਦ ਨੂੰ ਪੂਰਾ ਕਰਦੇ ਨੇ। ਭੀੜ ਭਾੜ ਵਾਲੀ ਜਗ੍ਹਾ ਦੇ ਉੱਪਰ ਅਕਸਰ ਹੀ ਗੰਦਗੀ ਹੁੰਦੀ ਹੈ। ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹਾਂ। ਇੰਨੀਆਂ ਸਾਰੀਆਂ ਕਠਿਨਾਈਆਂ ਦੇ ਬਾਵਜੂਦ ਵੀ ਜੇਕਰ ਕੈਦੀ ਕੋਈ ਇਹਨਾਂ ਜੇਲ੍ਹਾਂ ਦੇ ਵਿੱਚ ਬਚ ਜਾਂਦਾ ਹੈ ਤਾਂ ਉਸ ਨੂੰ ਹੋਰ ਵੀ ਇਸ ਤੋਂ ਬੁਰੀਆਂ ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਸਭ ਤੋਂ ਵੱਡਾ ਖੁਲਾਸਾ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਯਾਨੀ ਕਿ ਤਿਹਾੜ ਜੇਲ੍ਹ ਦੇ ਵਿੱਚ ਬੰਦ 26 ਸਾਲਾ ਲਖਵਿੰਦਰ ਸਿੰਘ ਨੇ ਕੀਤਾ ਹੈ। ਲਖਵਿੰਦਰ ਸਿੰਘ ਦੱਸਦੇ ਨੇ ਕਿ ਜਦੋਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਸਨ ਤਾਂ ਉਹ ਗਲਤੀ ਦੇ ਨਾਲ ਜੇਲ੍ਹ ਦੇ ਇੱਕ ਅਫਸਰ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਗੱਲ ਕਰ ਬੈਠੇ ਸਨ ਤੇ ਲਖਵਿੰਦਰ ਸਿੰਘ ਤੋਂ ਬਦਲਾ ਲੈਣ ਦੇ ਲਈ ਉਸ ਆਫੀਸਰ ਨੇ ਜੇਲ੍ਹ ਦੇ ਵਿੱਚ ਹੋਰ 6 ਆਫੀਸਰ ਨੂੰ ਬੁਲਾਇਆ ਤੇ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਮਾਰ ਕਟਾਈ ਕੀਤੀ ਗਈ ਜਿਸ ਦੇ ਕਾਰਨ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਸੀ ਤੇ ਉਸ ਨੂੰ ਹਸਪੀਟਲ ਦੇ ਵਿੱਚ ਭਰਤੀ ਵੀ ਕਰਵਾਉਣਾ ਪੈ ਗਿਆ ਸੀ। ਜੇਕਰ ਕਿਸੇ ਸਟੇਟ ਜਾਂ ਸਟੇਟ ਯੂਨੀਅਨ ਦੇ ਵਿੱਚ ਕੋਈ ਕੇਂਦਰੀ ਜੇਲ੍ਹ ਨਹੀਂ ਹੁੰਦੀ ਤਾਂ ਉੱਥੇ ਕੈਦੀਆਂ ਨੂੰ ਟੌਰਚਰ ਕਰਨ ਦੇ ਲਈ ਡਿਸਟ੍ਰਿਕਟ ਜੇਲ੍ਹਾਂ ਹੁੰਦੀਆਂ ਹਨ। ਇੰਡੀਆ ਦੀ ਸਰਕਾਰ ਹਰ ਸਾਲ 48% ਬਜਟ ਕੈਦੀਆਂ ਦੇ ਖਾਣੇ ਦਾ ਰੱਖਦੀ ਹੈ ਤਾਂ ਕਿ ਜੇਲ੍ਹ ਦੇ ਵਿੱਚ ਕੈਦੀ ਕਿਸੇ ਵੀ ਤਰ੍ਹਾਂ ਦੇ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ ਤਾਂ ਕਿ ਉਹ ਜਿਉਂਦੇ ਰਹਿਣ ਤੇ ਰੋਜ਼ਾਨਾ ਨਰਕ ਵਰਗੀ ਜ਼ਿੰਦਗੀ ਬਤੀਤ ਕਰਨ। NCRB ਦੀ ਇੱਕ ਰਿਪੋਰਟ ਦੇ ਅਨੁਸਾਰ 2019 ਤੇ 2020 ਦੇ ਵਿੱਚ ਇੰਡੀਆ ਦੀ ਸਰਕਾਰ ਨੇ ਕੈਦੀਆਂ ਦੇ ਲਈ 6.818 ਕਰੋੜ ਦਾ ਬਜਟ ਰੱਖਿਆ ਸੀ ਜਿਸ ਦੇ ਅਨੁਸਾਰ ਹਰ ਕੈਦੀ ਦੇ ਕੱਪੜਿਆਂ ਦੇ ਲਈ 1% ਤੇ ਉਸ ਦੀ ਸਿੱਖਿਆ ਦੇ ਲਈ 1% ਤੇ 4% ਉਸ ਦੀਆਂ ਮੈਡੀਕਲ ਦੀਆਂ ਸਹੂਲਤਾਂ ਦੇ ਉੱਪਰ ਖਰਚਾ ਹੋਣਾ ਚਾਹੀਦਾ ਹੈ ਜਿਹੜਾ ਕਿ ਕੁੱਲ ਮਿਲਾ ਕੇ ਹਰ ਇੱਕ ਕੈਦੀ ਦਾ ਇੱਕ ਦਿਨ ਦਾ 119 ਰੁਪਏ ਬਣਦੇ ਨੇ। ਪਰ ਇੰਨਾ ਸਭ ਹੋਣ ਦੇ ਬਾਵਜੂਦ ਵੀ ਫਿਰ ਵੀ ਹਰ ਇੱਕ ਸਟੇਟ ਹਰ ਇੱਕ ਦਿਨ ਇੱਕ ਕੈਦੀ ਦੇ ਉੱਪਰ ਸਿਰਫ 50 ਰੁਪਏ ਖਰਚ ਕਰਦੀ ਹੈ ਤੇ ਇਹ 50 ਰੁਪਿਆਂ ਦੇ ਵਿੱਚ ਹੀ ਉਹਨਾਂ ਦਾ 3 ਟਾਈਮ ਦਾ ਖਾਣਾ ਵੀ ਸ਼ਾਮਲ ਹੁੰਦਾ ਹੈ। ਮਹਾਰਾਸ਼ਟਰ ਦੇ ਵਿੱਚ ਤਾਂ ਇਹ ਹੋਰ ਜ਼ਿਆਦਾ ਘੱਟ ਹੈ। ਇੱਥੇ ਕੈਦੀ ਦੇ ਉੱਪਰ ਇੱਕ ਦਿਨ ਦੇ ਵਿੱਚ ਸਿਰਫ 37.49 ਰੁਪਏ ਖਰਚ ਕੀਤੇ ਜਾਂਦੇ ਹਨ। ਅੱਜ ਦੀ ਇੰਨੀ ਮਹਿੰਗਾਈ ਵਾਲੇ
समय ਦੇ ਵਿੱਚ ਆਪਾਂ ਸੋਚ ਹੀ ਸਕਦੇ ਹਾਂ ਕਿ ਇੰਨੇ ਕੁ ਪੈਸਿਆਂ ਦੇ ਨਾਲ ਕੀ ਮਿਲਦਾ ਹੋਵੇਗਾ। ਪਰ ਜੇਕਰ ਫਿਰ ਵੀ ਕਿਸੇ ਕੈਦੀ ਦਾ ਚੰਗਾ ਖਾਣ ਨੂੰ ਮਨ ਕਰਦਾ ਹੋਵੇ ਤਾਂ ਜੇਲ੍ਹ ਦੇ ਵਿੱਚ ਬਣੀ ਹੋਈ ਕੰਟੀਨ ਤੋਂ ਕੁਝ ਖਰੀਦ ਕੇ ਖਾ ਸਕਦਾ ਹੈ। ਇਸ ਦੇ ਲਈ ਹਰ ਇੱਕ ਕੈਦੀ ਨੂੰ ਉਸ ਦਾ ਪਰਿਵਾਰ 1 ਮਹੀਨੇ ਦੇ ਵਿੱਚ 1500 ਤੋਂ 2000 ਰੁਪਏ ਭੇਜ ਸਕਦਾ ਹੈ ਤਾਂ ਕਿ ਉਹ ਜੇਲ੍ਹ ਦੀ ਕੰਟੀਨ ਦੇ ਵਿੱਚੋਂ ਆਪਣੀਆਂ ਲੋੜ ਅਨੁਸਾਰ ਚੀਜ਼ਾਂ ਨੂੰ ਖਰੀਦ ਸਕਣ। ਹੁਣ ਆਪਾਂ ਗੱਲ ਕਰਦੇ ਹਾਂ ਸਬ ਜੇਲ੍ਹ ਦੀ, ਜਿਹੜੀ ਕਿ ਕੇਂਦਰੀ ਜੇਲ੍ਹ ਅਤੇ ਜ਼ਿਲ੍ਹਾ ਜੇਲ੍ਹ ਦੇ ਨਾਲੋਂ ਛੋਟੀਆਂ ਹੁੰਦੀਆਂ ਹਨ। ਇਹਨਾਂ ਛੋਟੀਆਂ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਮੈਡੀਕਲ ਹਿਸਟਰੀ ਦੀ ਵੀ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਜਾਂਦੀ, ਇਸ ਕਰਕੇ ਹੀ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਟੀਬੀ, ਹੈਪੇਟਾਈਟਿਸ ਸੀ, ਏਡਸ ਅਤੇ ਐਚਆਈਵੀ ਇਹਨਾਂ ਕੈਦੀਆਂ ਦੇ ਵਿੱਚ ਹੋਣਾ ਆਮ ਗੱਲ ਹੈ। ਹੁਣ ਅਜਿਹੀਆਂ ਜਾਨਲੇਵਾ ਤੇ ਫੈਲਣ ਵਾਲੀਆਂ ਬਿਮਾਰੀਆਂ ਦਾ ਜੇਕਰ ਇਲਾਜ ਸਮੇਂ ਸਿਰ ਨਹੀਂ ਹੋਵੇਗਾ ਤਾਂ ਇਹ ਫੈਲਣਗੀਆਂ ਹੀ, ਤੇ ਇਹਨਾਂ ਬਿਮਾਰੀਆਂ ਕਾਰਨ ਹੀ ਹਰ ਸਾਲ ਸੈਂਕੜੇ ਕੈਦੀ ਆਪਣੀ ਜਾਨ ਤੋਂ ਹੱਥ ਧੋ ਬੈਂਦੇ ਹਨ। ਇਸ ਤੋਂ ਬਾਅਦ ਜੇਲ੍ਹਾਂ ਦੀ ਜੋ ਅਗਲੀ ਕਿਸਮ ਹੈ ਉਸ ਨੂੰ ਓਪਨ ਜੇਲ੍ਹ ਕਿਹਾ ਜਾਂਦਾ ਹੈ। ਇਹਨਾਂ ਜੇਲ੍ਹਾਂ ਦੇ ਵਿੱਚ ਸਿਰਫ ਉਹਨਾਂ ਕੈਦੀਆਂ ਨੂੰ ਭੇਜਿਆ ਜਾਂਦਾ ਹੈ ਜਿਨ੍ਹਾਂ ਦਾ ਜੇਲ੍ਹ ਦੇ ਅੰਦਰ ਅਤੇ ਬਾਹਰ ਵਤੀਰਾ ਵਧੀਆ ਹੋਵੇ, ਕਿਉਂਕਿ ਇਹ ਸਿਰਫ ਨਾਮ ਦੀ ਹੀ ਜੇਲ੍ਹ ਹੁੰਦੀ ਹੈ। ਇਸ ਦੇ ਵਿੱਚ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਅਤੇ ਬਾਹਰ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਤੇ ਉਹ ਆਪਣੇ ਪਰਿਵਾਰ ਨੂੰ ਵੀ ਮਿਲ ਸਕਦੇ ਹਨ। ਇਹਨਾਂ ਜੇਲ੍ਹਾਂ ਦੇ ਵਿੱਚ ਅਜਿਹੇ ਕੈਦੀ ਹੁੰਦੇ ਨੇ ਜਿਨ੍ਹਾਂ ਨੇ ਮਜਬੂਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਅਪਰਾਧ ਕੀਤਾ ਹੋਵੇ ਤੇ ਸਮਾਜ ਯਾਨੀ ਕਿ ਸੁਸਾਇਟੀ ਨੂੰ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਾ ਹੋਵੇ। ਇਸ ਦੀ ਇੱਕ ਬਹੁਤ ਵੱਡੀ ਉਦਾਹਰਨ ਇਹ ਹੈ ਕਿ ਰਾਜਸਥਾਨ ਦੀ ਓਪਨ ਜੇਲ੍ਹ ਦੇ 1127 ਕੈਦੀਆਂ ਦੇ ਵਿੱਚੋਂ ਅੱਜ ਕੋਈ ਅਕਾਊਂਟੈਂਟ ਹੈ ਜਾਂ ਸਕੂਲ ਟੀਚਰ ਹੈ ਜਾਂ ਹਾਊਸ ਹੈਲਪਰ ਵਜੋਂ ਬਾਹਰ ਕੰਮ ਕਰ ਰਿਹਾ ਹੈ। ਹਾਲਾਂਕਿ ਪੂਰੇ ਇੰਡੀਆ ਦੇ ਵਿੱਚ ਓਪਨ ਜੇਲ੍ਹਾਂ ਦੀ ਗਿਣਤੀ ਸਿਰਫ 17 ਹੈ। ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ ਭੋਜਨ ਤੋਂ ਲੈ ਕੇ ਸਾਫ਼ ਸਫਾਈ ਤੱਕ ਸਾਰੇ ਕੰਮ ਆਪ ਕਰਨੇ ਪੈਂਦੇ ਹਨ। ਇੰਨਾ ਹੀ ਨਹੀਂ, ਜੇਲ੍ਹ ਦੇ ਵਿੱਚ ਕੈਦੀ ਫਰਨੀਚਰ, ਬਲਬ ਅਤੇ ਕੇਕ ਵਰਗੀਆਂ ਚੀਜ਼ਾਂ ਵੀ ਬਣਾਉਂਦੇ ਹਨ। ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਸਜ਼ਾ ਪੂਰੀ ਕਰਕੇ ਕੈਦੀ ਜੇਲ੍ਹ ਤੋਂ ਬਾਹਰ ਆਵੇਗਾ ਤਾਂ ਉਸ ਦੇ ਕੋਲ ਕੰਮ ਕਰਨ ਦਾ ਤਜਰਬਾ ਹੋਵੇਗਾ ਤੇ ਇਹ ਸਾਰੇ ਕੰਮ ਕਰਨ ਦੇ ਬਦਲੇ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਤਨਖਾਹ ਵੀ ਮਿਲਦੀ ਹੈ। NCRB ਦੀ ਇੱਕ ਰਿਪੋਰਟ ਦੇ ਅਨੁਸਾਰ ਪੌਂਡੋਚੇਰੀ ਦੀ ਇੱਕ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਰੋਜ਼ਾਨਾ ਕੰਮ ਕਰਨ ਦੇ ਬਦਲੇ 160 ਰੁਪਏ ਤੋਂ ਲੈ ਕੇ 180 ਰੁਪਏ ਦਿੱਤੇ ਜਾਂਦੇ ਹਨ ਤੇ ਤਿਹਾੜ ਜੇਲ੍ਹ ਦੇ ਵਿੱਚ ਕੰਮ ਕਰਨ ਵਾਲੇ ਕੈਦੀਆਂ ਨੂੰ ਰੋਜ਼ਾਨਾ 171 ਰੁਪਏ ਤੋਂ 187 ਰੁਪਏ ਮਿਲਦੇ ਹਨ। ਪਰ ਜੇਲ੍ਹ ਦੇ ਵਿੱਚ ਨਗਦ ਪੈਸਿਆਂ ਦੀ ਚੋਰੀ ਹੋ ਸਕਦੀ ਹੈ, ਇਸ ਕਰਕੇ ਕੈਦੀਆਂ ਦਾ ਪੈਸਾ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹੀ ਜੇਲ੍ਹ ਦੇ ਵਿੱਚ 10 ਸਾਲ ਦੀ ਸਜ਼ਾ ਕੱਟ ਰਹੇ ਕੈਦੀ ਨੇ ਆਪਣੀ ਪੂਰੀ ਸਜ਼ਾ ਦੇ ਦੌਰਾਨ ਜੇਲ੍ਹ ਦੇ ਅੰਦਰੋਂ ਹੀ 1,20,000 ਰੁਪਏ ਕਮਾ ਲਏ ਸਨ, ਜਿਸ ਦੇ ਵਿੱਚੋਂ ਉਸ ਦੇ 50% ਪੈਸਿਆਂ ਦੀ ਜੇਲ੍ਹ ਪ੍ਰਸ਼ਾਸਨ ਨੇ FD ਕਰਵਾ ਦਿੱਤੀ ਤੇ ਬਾਕੀ ਦੇ ਪੈਸੇ ਜਦੋਂ ਰਿਹਾ ਹੋਇਆ ਉਸ ਨੂੰ ਦੇ ਦਿੱਤੇ। ਹੁਣ ਤੁਹਾਨੂੰ ਉਹਨਾਂ ਜੇਲ੍ਹਾਂ ਬਾਰੇ ਵੀ ਦੱਸ ਦਿੰਦੇ ਹਾਂ ਜਿੱਥੇ VIP ਕੈਦੀਆਂ ਨੂੰ ਸਾਰੀਆਂ ਸਪੈਸ਼ਲ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਜੇਕਰ ਕੈਦੀ ਦੇ ਨਾਲ ਦੇਖਿਆ ਜਾਵੇ ਤਾਂ ਇਹ ਬਹੁਤ ਜ਼ਿਆਦਾ ਹਾਈ ਸਕਿਉਰਿਟੀ ਜੇਲ੍ਹ ਹੁੰਦੀਆਂ ਨੇ। ਇਹ ਵੀ ਗੱਲ ਸੱਚ ਹੈ ਕਿ ਹਰ ਥਾਂ ਪੈਸਾ ਬੋਲਦਾ ਹੈ। ਪੈਸੇ ਦੇ ਨਾਲ ਤੁਸੀਂ ਜੇਲ੍ਹ ਦੇ ਵਿੱਚ ਹਰ ਤਰ੍ਹਾਂ ਦੀ ਲਗਜ਼ਰੀ ਤੋਂ ਲਗਜ਼ਰੀ ਸਹੂਲਤ ਲੈ ਸਕਦੇ ਹੋ, ਚਾਹੇ ਫਿਰ ਉਹ ਜੇਲ੍ਹ ਦੇ ਵਿੱਚ AC ਹੋਵੇ ਜਾਂ ਆਪਣੇ ਦੇ ਲਈ ਅਲੱਗ ਤਰ੍ਹਾਂ ਦਾ ਖਾਣਾ ਹੋਵੇ। ਇੱਥੇ VIP ਕੈਦੀਆਂ ਨੂੰ ਮੋਬਾਈਲ, ਵਾਈਫਾਈ, ਤੰਬਾਕੂ, ਬੀੜੀ, ਸਿਗਰਟ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ। ਇਹ ਸਾਰੀਆਂ ਸਹੂਲਤਾਂ ਕੈਦੀ ਨੂੰ ਜੇਲਰ ਦੀ ਮਦਦ ਦੇ ਨਾਲ ਮਿਲਦੀਆਂ ਹਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੇਡੀਜ਼ ਯਾਨੀ ਕਿ ਔਰਤਾਂ ਦੀ, ਜਿਨ੍ਹਾਂ ਨੂੰ ਸਨਮਾਨ ਦੇ ਕਾਰਨ ਉਹਨਾਂ ਨੂੰ ਲੇਡੀਜ਼ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਂਦਾ ਹੈ ਤੇ ਅਕਸਰ ਹੀ ਜੇਲ੍ਹ ਦੇ ਵਿੱਚ ਬੰਦ ਇਹਨਾਂ ਔਰਤਾਂ ਦਾ ਰੇਪ ਅਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਜੇਕਰ ਨਿਯਮਾਂ ਨੂੰ ਦੇਖਿਆ ਜਾਵੇ ਤਾਂ ਜੇਲ੍ਹ ਦੇ ਵਿੱਚ ਰਹਿਣ ਵਾਲੀ ਹਰ ਇੱਕ ਗਰਭਵਤੀ ਔਰਤ ਦੇ ਲਈ ਇੱਕ ਸਪੈਸ਼ਲ ਖਾਣਾ ਤੇ ਉਸ ਨੂੰ ਰਹਿਣ ਦੇ ਲਈ ਸਾਫ਼ ਸੁਥਰੀ ਥਾਂ ਦੇਣੀ ਜ਼ਰੂਰੀ ਹੁੰਦੀ ਹੈ। ਸਾਫ਼ ਸੁਥਰੀ ਥਾਂ ਨੂੰ ਤਾਂ ਛੱਡੋ, ਉਹਨਾਂ ਨੂੰ ਸੈਨਿਟਰੀ ਨੈਪਕਿਨ ਤੱਕ ਵੀ ਨਹੀਂ ਦਿੱਤੇ ਜਾਂਦੇ ਤੇ ਫਿਰ ਮਜਬੂਰੀ ਬਸ ਇਹਨਾਂ ਔਰਤਾਂ ਨੂੰ ਪੁਰਾਣੇ ਅਤੇ ਗੰਦੇ ਕੱਪੜਿਆਂ ਨੂੰ ਵਰਤਣਾ ਪੈਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੀ। ਉਹਨਾਂ ਨੂੰ ਬੋਸਟਲ ਸਕੂਲ ਇਸ ਕਰਕੇ ਭੇਜਿਆ ਜਾਂਦਾ ਹੈ ਕਿ ਉਹ ਆਪਣਾ ਬਿਨਾਂ ਬਚਪਨ ਖੋਏ ਚੰਗੇ ਅਤੇ ਮਾੜੇ ਦੀ ਪਰਖ ਕਰ ਸਕਣ। ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਸਕੂਲਾਂ ਦੇ ਵਿੱਚ ਵੀ ਇਹਨਾਂ ਬੱਚਿਆਂ ਨੂੰ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਨੀਅਨ ਮਿਨਿਸਟਰੀ ਵੂਮਨ ਐਂਡ ਚਿਲਡਰਨ ਦੇ ਇੱਕ ਸਰਵੇ ਦੇ ਅਨੁਸਾਰ ਉਹਨਾਂ ਨੇ ਆਪ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਕਿ ਬੋਸਟਲ ਸਕੂਲ ਦੇ ਵਿੱਚ ਰਹਿਣ ਵਾਲੇ 53% ਬੱਚੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਇਹਨਾਂ ਦੇ ਵਿੱਚੋਂ 50% ਬੱਚੇ ਅਜਿਹੇ ਹਨ ਜਿਨ੍ਹਾਂ ਦੇ ਨਾਲ ਇਹ ਹਰਕਤ ਉਹਨਾਂ ਦੇ ਕੇਅਰ ਟੇਕਰ, ਸਕੂਲ ਟੀਚਰ ਜਾਂ ਉਹਨਾਂ ਦੇ ਗਾਰਡੀਅਨ ਨੇ ਕੀਤੀ ਹੈ। ਇਹ ਸਾਂਝੀ ਇੰਡੀਆ ਦੀ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਹਾਲਾਤ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ TV ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਪੇਜ ਜੋ TV ਮੀਡੀਆ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।